ਕੀ ਤੁਸੀਂ ਜਾਣਦੇ ਹੋ ਕਿ ਆਈਐਸ ਬਿੰਦਰਾ ਪੀਸੀਐਸ ਸਟੇਡੀਅਮ 'ਚ ਹੁਣ ਕੋਈ ਵੀ ਇੰਟਰਨੈਸ਼ਨਲ ਮੈਚ ਜਿਹੜਾ ਨਹੀਂ ਖੇਡਿਆ ਜਾਏਗਾ ਜੀਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਜੋ ਆਈਐਸ ਬਿੰਦਰਾ ਸਟੇਡੀਅਮ ਹੈ ਜਿਹਨੂੰ ਅਸੀਂ ਮੋਹਾਲੀ ਸਟੇਡੀਅਮ ਦੇ ਨਾਂ ਨਾਲ ਵੀ ਜਾਣਦੇ ਹਾਂ ਉੱਥੇ ਹੁਣ ਕੋਈ ਵੀ ਇੰਟਰਨੈਸ਼ਨਲ ਮੈਚ ਹੈ ਜਿਹੜਾ ਨਹੀਂ ਖੇਡਿਆ ਜਾਵੇਗਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਪਣੇ ਸਾਰੇ ਆਪਰੇਸ਼ਨਸ ਹੁਣ ਨਵੇਂ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਮੁਲਾਪੁਰਚਾ ਸ਼ਿਫਟ ਕਰਨ ਦਾ ਫੈਸਲਾ ਕਰ ਲਿਆ ਹੈ ਇਹਦਾ ਕਾਰਨ ਲੋਕਾਂ ਹੋ ਰਹੀ ਅਸੁਵਿਧਾ ਤੇ ਨਵੇਂ ਬਣੇ ਸਟੇਡੀਅਮ ਦਾ ਇਸ ਤੋਂ ਬਿਹਤਰ ਹੋਣਾ ਮੰਨਿਆ ਜਾ ਰਿਹਾ ਹੈ 300 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਇਹ ਸਟੇਡੀਅਮ 40 ਏਕੜ ਜ਼ਮੀਨ 'ਚ ਫੈਲਿਆ ਹੋਇਆ ਹੈ ਜਿਸ 'ਚ 7 ਪਿਚਸ ਤੇ 2 2800 2800 ਸਕੁਅਰ ਫੁੱਟ ਦੇ ਡਰੈਸਿੰਗ ਰੂਮ ਬਣੇ ਹੋਏ ਨੇ ਹੁਣ ਗੱਲ ਕਰੀਏ ਇਸ ਦੀ ਸੈਟਿੰਗ ਦੀ ਤਾਂ 33000 ਲੋਕਾਂ ਦੇ ਬੈਠਣ ਦੀ ਜਗ੍ਹਾ ਤੇ 1620 ਗੱਡੀਆਂ ਲਈ ਪਾਰਕਿੰਗ ਦੀ ਸਹੂਲਤ ਹੈ ਇਸ 'ਚ 30 ਕਾਰਪੋਰੇਟ ਬਾਕਸ ਨੇ ਜੋ 60 ਲੋਕਾਂ ਦੇ ਸੈਟਿੰਗ ਦੀ ਕੈਪੈਸਿਟੀ ਰੱਖਦੇ ਨੇ ਇਹੀ ਨਹੀਂ ਇਹਨੂੰ ਸਭ ਤੋਂ ਸਪੈਸ਼ਲ ਬਣਾਉਂਦਾ ਹੈ ਇਹਦਾ ਯੂਨਿਕ ਫੀਚਰ ਰੇਨਿੰਗ ਹੈਰਿੰਗ ਬੋਨ ਰੇਨਿੰਗ ਸਿਸਟਮ ਮਤਲਬ ਇਹ ਕਿ ਜਦੋਂ ਵੀ ਕਦੀ ਮੈਚ ਦੌਰਾਨ ਬਾਰਿਸ਼ ਹੁੰਦੀ ਹੈ ਤਾਂ ਪਾਣੀ 20-25 ਮਿੰਟਾਂ ਚ ਆਪਣੇ ਆਪ ਹੀ ਫੀਲਡ ਤੋਂ ਡਰੇਨ ਹੋ ਜਾਊਗਾ ਨਾਲ ਹੀ ਸਪੈਸ਼ਲ ਅਰੇਂਜਮੈਂਟ ਸਪੈਸ਼ਲ ਦਰਸ਼ਕਾਂ ਲਈ ਕੀਤੇ ਜਾ ਰਹੇ ਨੇ ਫੂਡ ਕੋਰਟਸ ਤੇ ਕਈ ਲਕਜ਼ਰੀਅਸ ਸਪੇਸਿਸ ਦਾ ਸੈਟਅਪ ਹੋ ਰਿਹਾ ਹੈ ਜਾਨੀ ਕਿ ਜਦੋਂ ਇਹ ਸਟੇਡੀਅਮ ਬਣ ਕੇ ਤਿਆਰ ਹੋ ਜਾਏਗਾ ਤਾਂ ਇੱਕ ਵਰਲਡ ਕਲਾਸ ਪੈਕੇਜ ਵਰਗਾ ਲੱਗੇਗਾ ਜਿਸ ਚ ਇੱਕ ਤੋਂ ਵੱਧ ਕੇ ਇੱਕ ਫੈਸਿਲਿਟੀਆਂ ਦੇਖਣ ਨੂੰ ਮਿਲਣਗੀਆਂ